أعوذ بالله من الشيطان الرجيم. بسم الله سلوات
ਤਬੀਅਤ ਘਬਰਾਤ ਨਹੀਂ ਗੀ ਨਾ ਜਾਮਪੁਰ ਵਾਲਿਆਂ ਮੈਂ ਦੌਲਾ ਆਖਣ ਮੈਂ ਕਿ ਹੁਸੈਨ ਗਰੀਬ ਅਸਲ ਗਰੀਬ ਸਜਾਦ ਜਿਹੜਾ ਪਾਣੀ ਦੇ ਬਦਲੇ ਰਾਤ ਰੋਂਦਾ ਘਰ ਵੇਣ ਦੇ ਸਦੇ ਹੁਸੈਨ ਗਰੀਬ ਤਾਰ ਦਰ ਅਸਲ ਗਰੀਬ ਸਜਾਵ ਜਿਹੜਾ ਪਾਣੀ ਦੇ ਬਦਲੇ ਰਾਤ ਰੋਂਦਾ ਘਰ ਵੇਣ ਦੇ ਸਦੇ ਸਦੇ ਮੈਂ
ਬੱਲਾ ਵੀ ਹੈ ਕਰ ਛੋੜ ਬੱਲਾ ਵੀ ਮੈਂ ਨਾ ਕਰਾਂ ਨਾ ਕਰਾਂ ਉਹ ਜਿਹੜਾ ਪਾਣੀ ਦੇ ਬਦਲ ਰਿਆ ਰਾਤ ਰੋਂਦਾ ਕਰ ਵੇਣ ਦੇ ਸਦ ਮੈਂ ਸਦਕੇ ਥਿਵਾਂ ਬੱਲਾ ਵੀ ਬੱਲਾ ਵੀ ਬੱਲਾ ਵੀ ਗਰੀਬ ਸਦਾ ਜਿਹੜਾ ਪਾਣੀ ਦੇ ਬਦਲੇ ਯਾ ਰਾਤ ਰੋਂਦਾ ਕਰ ਵੇਣ ਦੇ ਸਦ ਅੱਲਾ ਹੈ ਕਬੂਲ ਕਰੀ ਤੇਰੀਆਂ ਧੀਆਂ ਦੇ ਬੁਰ ਪਿਓ ਹੋਵੇ ਨੌਕਰਾਂ ਜਿਹੜਾ ਪਾਣੀ ਦੇ ਬਦਲੇ ਯਾ ਰਾਤ ਰੋਂਦਾ ਕਰ ਵੇਣ ਦੇ ਸਦ ਤੇ ਜੜੀ ਵਾਲ ਪੁੱਛੇ ਸਰੀ ਵੀ ਚੁੱਕੀ ਬਚ ਗਈ ਵੀਰ ਮਿਆਦ ਮੇਰਾ ਇਮਾਮ ਰੋਵੇ ਆਤ ਰੋ ਕੇ ਬੇਨ ਰੋ ਕੇ ਆਖਿਆ ਮੈਂ ਬੇਨ ਜੋ ਹਾਂ ਤੇ ਕੁਡੇਕ ਗਿਨਾਹੀ ਕੁਵਾਰੀ ਵੀ ਰਾਤ ਟਾਈਮ ਕਮੀਨ ਨੌਕਰਾ ਚਾਚਾ ਭਲਾ ਵੀ ਅਲਾਹ ਕਬੂਲ ਕਰੀ ਮਾਇਆ ਕੇ ਹੁਸੈਨ ਗਰੀਏ ਪੁੱਤ ਹਰ ਕੋਈ ਆਦਾ ਤੇ ਦਰ ਅਸਲ ਗਰੀਏ ਸਜਾ ਦੇ ਜਿਹੜਾ ਪਾਣੀ ਦੇ ਬਦਲੇ ਰੀਆ ਰਾਤ ਰੋਂਦਾ ਕਰ ਵੇਣ ਦੇ ਸਦ ਭਲਾ ਵੀ ਚਾਚਾ ਭਲਾ ਵੀ ਭਲਾ ਵੀ ਜਾਫਰੀ ਸਾਹਿਬ ਮੈਡੀਸਨ ਰੋ ਕੇ ਆਖਿਆ ਮੈਂ ਵੇਣ ਜੋ ਹਾਂ ਤੇ ਕੁਡੇਕ ਗਿਨਾ ਹੀ ਕੁਵਾਰੀ ਵੀ ਰੋ ਪੈ ਤੇ ਮੈਂ ਅਗਲਾ ਵੈਣ ਸੁਣਵੈ ਨਾ ਮੈਂ ਆਖਿਆ ਦਰਾ ਦੇ ਮੈਂ ਕਮੀਨੇ ਦਾ ਭੇਜਾ ਹੋਇਆ ਸਿਪਾਹੀ ਸਜਾਦ ਜ਼ੇਵਰ ਲਹਲਾਏ ਮੇਰਾ ਇਮਾਮ ਰੋ ਕੇ ਆਦਾ ਕਮੀਨਾ ਮੇਰਾ ਨਾਂ ਨਵੀ ਆਂਦਾ ਮੈਂ ਕੈਦੀ ਮਸ਼ਹੂਰ ਹੈ ਸਯਦਾ ਦੇ ਮੈਂ ਕੁ ਕੈਦੀ ਕਰਕੇ ਸੱਡਾ ਹੋਇਆ ਮੇਰੇ ਜ਼ੇਵਰ ਹਲੈਨੀ ਮੇਰੇ ਜ਼ਖਮ ਦੁਖੈਨੀ ਸਜਾਦਾ ਦੇ ਕਮੀਨਾ ਕਿਵੇਂ ਆਏ ਇਹ ਕਮੀਨਾ ਦੇ ਸਜਾਦਾ ਕਿ ਮੈਂ ਵਕਤ ਦਰਬਾਰ ਚ ਯਾਦ ਕੀਤਾ ਈ ਮੇਰਾ ਇਮਾਮਾ ਦੇ ਟੁਰ ਜੁਲ ਮੈਂ ਆਪਣਾ ਸੰਗਤੀ ਜਗਾ ਗਿਨਾ ਜਿਹੜੇ ਜਾਮਪੁਰ ਦੇ ਵਾਸੀ ਲੋਕ ਬੈਠੇ ਹੋ ਮੈਂ ਆਖੇ ਸੰਗਤੀ ਕੌਣ ਆ ਪੰਜਵਾਂ ਇਮਾਮ ਮੁਹੰਮਦ ਬਾਗ ਜਿਹੜਾ ਬਾਜ਼ਾਰ ਚ ਮੇਰੀਆਂ ਤਲੀਆਂ ਪੱਟੀਆਂ ਲੈ ਲਈਆਂ ਭਲਾ ਵੀ ਮੇਰੇ
ਮਾਮਾ ਦਾ ਟੁਰ ਜੁਲ ਮੈਂ ਆਪਣਾ ਸੰਗਤੀ ਜਗਾ ਕੇ ਨਾ ਸਿਪਾਹੀ ਟੁਰ ਗਏ ਮੇਰੇ ਇਮਾਮ ਨੇ ਝੁਕਣਾ ਸ਼ੁਰੂ ਕੀਤਾ ਹੈ ਝੁਕਦਾ ਝੁਕਦਾ ਇਮਾਮ ਪੁੱਤਰ ਦੇ ਮੋਹ ਤੇ ਮੋਹ ਰੱਖਿਆ ਤੇ ਜਾਗ ਪੇਸ਼ੀ ਤੇ ਜੁਲਣਾ ਹੈ ਜਨਾਬ ਮੁਹੰਮਦ ਬਾਕਰ ਦੀਆਂ ਅੱਖਾਂ ਖੁੱਲੀਆਂ ਪਿਉ ਦੇ ਪਾਸੇ ਦੇਖਿਆ ਤੇ ਬਾਬਾ ਪੇਸ਼ੀਆਂ ਡੀਂਦੀਆਂ ਆਉਂਦੀਆਂ ਰਾਤ ਦੀ ਤੇ ਪੇਸ਼ੀ ਪੁੱਤਰ ਦਾ ਮੂੰਹ ਚੁੰਮਿਆ ਲਾ ਗਿਆ ਤੇ ਮੇਰਾ ਲਾਲ ਜੀਂਦੀਆਂ ਪੇਸ਼ੀਆਂ ਵਸਦੀਆਂ ਦਿਆਉਂਦੀਆਂ ਅੰਦਰ ਬਾਬੇ ਕੋ ਅਕਬਰ ਦੀ ਬਾਤ ਖਾ ਗਈ ਹੈ ਲਾਲ ਡੀਂਦੀਆਂ ਪੇਸ਼ੀਆਂ ਦਰਾਂ ਡੀਂਦੀਆਂ ਪੇਸ਼ੀਆਂ ਵਸਦੀਆਂ ਦਿਆਉਂਦੀਆਂ ਤੇਰੇ ਬਾਬੇ ਦਾ ਕੌਣ ਰਹਿ ਗਏ ਪੇਸ਼ੀ ਤੇ ਜੁਲਣਾ ਹੈ ਮੇਰਾ ਲਾਲ ਇਤਿਆਤ ਨਾਲ ਉੱਠਣਾ ਹੈ ਮੱਤ ਤੇਰੀ ਡਾਡੀ ਸੁਣ ਗਿਣੇ ਉਹ ਜਾਮ ਪੂਰਾ ਲਿਆ ਮੇਰਾ ਇਮਾਮ ਦੂਏ ਪੋ ਪਦਰੇ ਇਤਿਆਤ ਨਾਲ ਉੱਠੇ ਮਗਰ ਕੜੀ ਤੇ ਕੜੀ ਲੱਗੀ ਹੈ ਮੁਹਾਫਜ਼ਾ ਇਮਾਮ ਤੜਪ ਕੇ ਆਦੀ ਸਜਾਦ ਕਿਨ ਤਿਆਲ ਹੈ ਮੇਰਾ ਇਮਾਮ ਦੇ ਫੁੱਫੀ ਅੰਮਾ ਪੇਸ਼ੀ ਤੇ ਵੰਜਣਾ ਹੈ ਸਜਾਦ ਹਾਕਮ ਤਬਦੀਲ ਜਾਂ ਕਾਨੂੰਨ ਤਬਦੀਲ ਮੇਰਾ ਇਮਾਮ ਦੇ ਕਾਨੂੰਨ ਹੀ ਹੋਏ ਹਾਕਮ ਹੀ ਹੋਏ ਸਜਾਦ ਪਹਿਲੀ ਪੇਸ਼ੀ ਹੈ ਤੇ ਕਲਿਆ ਵੰਜਣਾ ਮੈਂ ਨਾਲ ਨਹੀਂ ਵੰਜਣਾ ਆਦੇ ਫੁੱਫੀ ਅੰਮਾ ਯਜ਼ੀਦ ਮੇਰਾ ਕਾਤਲ ਨਹੀਂ ਬੀਬੀਆਂ ਦੇ ਸਜਾਦ ਮੇਰਾ ਮੁਸਲਮਾਨਾ ਤੂੰ ਜਿਦਬਾਰ ਉੱਠ ਗਏ ਸਜਾਦ ਜੇ ਤੈ ਤੂੰ ਨਾਸੇ ਮੈਂ ਤਈ ਖੜੀ ਰਾਸਾ ਜਨਾਬ ਸਜਾਦ ਦੀ ਕਮੀਨੇ ਦਾ ਦਰਬਾਰੀ ਚੈਨ ਬਜ਼ੁਰਗ ਜ਼ਾਕਰ ਉਲਮਾਈ ਮੈਂ ਪੜਦੇ ਰਹਿੰਦੇ ਆ ਨੀ ਕੁਰਸੀ ਦਿੱਤੀ ਹੈ ਇਮਾਮ ਦੀ ਰਾਤ ਵਸ ਪਈ ਹੈ ਜਿਗਰ ਤੇ ਹੱਥ ਰੱਖਿਆ ਤੇ ਕਮੀਨਾ ਇੱਥੋਂ ਜੋ ਕੁਰਸੀਆਂ ਨੇ ਮੈਂ ਅਜਾਈ ਮੇਰੀ ਵੇਲਾ ਦੀ ਸਜਾਦ ਮੈਂ ਥੱਕ ਪਈ ਹੈ ਆ ਮੇਰੀ ਬੁੱਬੀਆਂ ਦੀ ਸਜਾਦ ਪੱਥਰਾਂ ਦੀ ਭੀੜ ਲੋਕ ਜੰਮਣ ਵਾਲਾ ਨਹੀਂ ਫਰਦਾ ਕਮੀਨਾ ਦੇ ਸਜਾਦ ਮੈਂ ਸੜਿਆ ਏ ਤੇਰੀ ਕੈਦ ਰਿਆਏ ਵਤਨ ਵਲ ਵਲ ਸਜਾਦ ਰੋ ਕੇ ਪਰਮੈਨਨ ਕਮੀਨਾ ਕਹਿੰਦਾ ਵਤਨ ਕਿਹੜਾ ਵਤਨ ਤੇ ਕੀਆ ਵਤਨ ਆਦੇ ਸਜਾਦ ਤੇਰਾ ਵਤਨ ਮਦੀਨਾ ਮੇਰਾ ਇਮਾਮ ਆਦੇ ਮਦੀਨਾ ਮੇਰੇ ਨਾਨੇ ਮੁਹੰਮਦ ਦਾ ਸ਼ਾਇਰ ਏ ਕਮੀਨਾ ਦੇ ਸਜਾਦ ਨਜਬ ਟੁਰਵਾਂ ਆਦੇ ਨਜਬ ਮੇਰੇ ਡਾਡੇ ਅਲੀ ਦਾ ਸ਼ਾਇਰ ਕਰਬਲਾ ਮੇਰੇ ਅਕਬਰ ਫਿਰਾ ਦੀ ਜਗੀਰ ਮੇਰਾ ਇਮਾਮ ਆਦੇ ਕਮੀਨਾ ਮੇਰਾ ਵਤਨ ਹੀ ਹੋਏ ਜਿੱਥਾ ਤੇਰੀ ਸ਼ਾਮ ਮੈਂ ਬਾਬੇ ਦੇ ਖੂਨ ਦਾ ਤਾਰੀਰ ਲਿਖਣੀ ਹੈ ਸਜਾਦ ਵਤਨ ਵਾਲ ਮਨ ਮੇਰਾ ਇਮਾਮਾ ਦੇ ਇੰਜ ਨਹੀਂ ਮੈਂ ਮੁਹਾਫਜ਼ਾ ਇਮਾਮਾ ਤੂੰ ਪੁੱਛਾਂ ਮੇਰਾ ਇਮਾਮ ਰੋਂਦਾ ਰੋਂਦਾ ਫੁੱਫੀ ਦੇ ਸਾਹਮਣੇ ਆ ਖੜੇ ਸਯਾਦਾ ਦੇ ਫੁੱਫੀ ਅੰਮਾ ਕਮੀਨਾ ਥੱਕ ਪਏ ਉਹ ਆਦੇ ਵਤਨ ਵਾਲ ਵੱਲੋ ਬੀਬੀ ਆਦੇ ਸਜਾਦ ਕੁਆਕ ਥੱਕ ਪਏ ਤਾਂ ਮੇਰੇ ਚੰਦ ਮੁਤਾਲ ਪੈਣ ਪਹਿਲੇ ਮੈਂ ਕੁ ਲੁੱਟ ਕਰ ਬੁਲਾਓ ਦੀ ਦੇ ਸਰ ਦੇ ਤ੍ਰੈ ਮਾਮ
ਕਮਲ ਦੇ ਕਾਲੀਆਂ ਪੋਸ਼ਾਕਾਂ ਮਕਾਨ ਖਾਲੀ ਕਰਾ ਮੈਂ ਫਿਰਾ ਦੀ ਮਜਲਿਸ ਪੜਦੀ ਆ। ਜਨਾਬ ਸਜਾਦ ਦੀ ਕਮੀਨੇ ਦੇ ਸਾਹਮਣੇ ਆਖੜੇ ਕਮੀਨਾ ਦੇ ਸਜਾਦ ਤੱਕ ਕੋਈ ਹੀਕ ਲੁੱਟਣ ਵਾਲਾ ਨਾ ਲੁੱਟਣ ਵਾਲੇ ਢੇਰ ਜਿਹੜੇ ਮੇਰੇ ਕੋਲ ਮੇਰੇ ਨਾ ਬਾਕੀ ਦੀ ਕੀਮਤ ਜਿਹੜੇ ਸੈਦ ਬੈਠੇ ਹੋ ਮੈਂ ਜੁਮਲਾ ਔਖਾ ਪੜਨ ਵਾਲਾ ਮੇਖ ਮਾਫ ਕਰੇ ਜਾਫਰੀ ਸਾਹਿਬ ਜਡਣੀ ਸਾਖੇ ਕੀਮਤ ਮੇਰੇ ਇਮਾਮ ਦਾ ਜਿਗਰ ਫਿਸੇ ਅੱਖਾਂ ਚੁਬੈ ਰਾਇਆ ਚਾਦਰਾਂ ਮੇਰੀ ਫੁੱਫੀ ਦਿਆਜ ਦੀ ਕੀਮਤ ਭਰਾ ਵਾ ਨੌਕਰਾਂ ਸਦਕੇ ਬੱਲਾ ਵੀ ਤੇਰੀਆਂ ਧੀਆਂ ਦੇ ਬੁਰਕੇ ਹੋਵੇ ਉਹ ਵਿੱਚ ਚਾਦਰਾਂ ਮੇਰੀ ਫੁੱਫੀ ਦਿਆਜ ਦੀ ਕੀਮਤ ਭਰਾ ਬੜਾ ਜਮਾਲ ਜਦੇ ਦਰ ਵੇਖਣਾ ਮੇਰੇ ਫੁੱਫਿਆਂ ਨੇ ਨਹੀਂ ਧੋਤੇ ਸਰ ਆਏ ਸਰ ਦੇਵਾਲ ਮੇਰੀ ਫੁੱਫੀਆਂ ਜਦ ਲਾਲ ਜਲਾਵੀਏ ਨੌਕਰਾਂ ਜਦੇ ਦਰ ਵੇਖਣਾ ਮੇਰੀਆਂ ਫੁੱਫਿਆਂ ਨੇ ਨਹੀਂ ਧੋਤੇ ਸਰ ਮੈਂ ਨੌਕਰਾਂ ਮੈਂ ਹਜ਼ਾਰਾਂ ਵਾਰੀ ਪੜਦਾ ਰਹਿ ਵਾਂ ਜਦਣ ਇਸ ਕਮੀ ਨੇ ਆਖੇ ਸਜਾਦ ਬਾਕੀ ਦੀ ਕੀਮਤ ਦੇਵਾ ਇਮਾਮ ਰਾਖਿਆ ਦਾ ਫਿਰਦਾਸ ਦਿਸੇ ਮਾਲ ਦੁਨੀਆ ਦਾਨ ਦਾ ਮਾਲ ਵਿੱਚ ਚਾਦਰ ਮੇਰੀ ਫੁੱਫੀ ਦਿਆਜ ਦੀ ਕੀਮਤ ਭਰਾ ਜਮਾਲ ਜਦੋਂ ਦਰ ਵੇਖਣਾ ਮੇਰੀ ਫੁੱਫਿਆਂ ਨੇ ਨਹੀਂ ਧੋਤੇ ਸਰ ਸਜਾਦ ਚਲੋ ਰੋ ਪਾਇਓ ਜ਼ਿੰਦਗੀ ਦਾ ਪਤਾ ਨਹੀਂ ਬਕਾਇਆ ਮੇਰਾ ਟਾਈਮ ਥੋੜਾ ਹੀ ਹੈ ਤੁਹਾਡੇ ਰੋਵਣ ਦੀ ਆਵਾਜ਼ ਤੁਹਾਡੇ ਮੁਕਾਨ ਦੱਸਦੀ ਹੈ ਕੋਈ ਜ਼ਰੂਰ ਹੈ ਰੋਵਣ ਜਦੋਂ ਜਨਾਬ ਸਜਾਦ ਆਏ ਨਾ ਤੇ ਕਮੀਨਾ ਦੇ ਸਜਾਦ ਮੈਂ ਲੁੱਟ ਕਰ ਬੁਲਾ ਦੀ ਦੇਣਾ ਜਿਹੜੀ ਮੇਰੇ ਕੋਲੋਂ ਇਹ ਮੈਂ ਦੇਣਾ
ਆਦੇ ਸਜਾਦ ਸੌਦਾ ਦੇ ਸਰ ਮੰਗੇ ਨੀ ਤੇ ਮੈਂ ਸੁਣਿਆ ਹੈ ਤੇਰੀ ਫੁੱਫੀ ਦਾ ਤੇਰੇ ਬਾਬੇ ਨਾਲ ਬਹੁ ਪਿਆਰ ਹੈ। ਕਮੀਨਾ ਦੇ ਸਜਾਦ ਤੇਰੇ ਬਾਬੇ ਦਾ ਸਰ ਮੋਜੇ ਨਾਲ ਦੇਸਾ ਸਰ ਸੰਦੂਕ ਵਿੱਚ ਬੰਦ ਕਰੇ ਸਾ ਸਰ ਰੱਖ ਸਾ ਕਮਰੇ ਚ ਵੇਣ ਸੱਡੇ ਵਿਰਾ ਵਨੇ ਵਗਰਨਾ ਸਰ ਨਾ ਦੇਸਾ। ਸਦਕੇ ਤਿਵਾਂ ਮੇਰੇ ਇਮਾਮ ਦਾ ਜਿਗਰ ਤੇ ਹੱਥਾਂ ਦੇ ਪਾਸ ਦੇ ਕੇ ਆਦੇ ਕਮੀਨਾ ਅਜੇ ਹੀ ਮੋਜੇ ਮੰਗਦੇ ਇਹ ਜੋ ਵਿਰਾਕ ਹੁਣ ਤੀ ਰੋਂਦੀ ਵਧੀ ਏ। ਇਹ ਲਫ਼ ਸੁਣ ਕੇ ਜ਼ਿੰਦਾਨ ਦੇ ਦਰਵਾਜ਼ੇ ਤੇ ਆਏ ਮੇਰਾ ਇਮਾਮ ਆਦੇ ਫੁੱਫੀ ਅੰਮਾ ਬਿਰਾ ਦਾ ਕਾਤਿਲ ਬਿਰਾ ਦੇ ਸਰ ਦਾ ਮੋਜ਼ਾ ਮੰਗਦਾ ਈ। ਬੀਬੀ ਆਦੇ ਸਜਾਦ ਹੀ ਕੁਆ ਦੇ ਤੂੰ ਤਾਂ ਹੁਸੈਨ ਦੀ ਗੱਲ ਕਰੇ ਮੈਂ ਇਮਾਮ ਦੀ ਧੀ ਹਾਂ ਅਗਰ ਮੈਂ ਹੁਕਮ ਦੇਵਾਂ ਤੇਰੀ ਸ਼ਾਮ ਮਦੀਨੇ ਤੱਕ ਵੇਸੀ। ਹਾਏ ਕਰਨ ਵਾਲਾ ਤੇਰੀਆਂ ਧੀਆਂ ਦੇ ਬੁਰਕੇ ਹੋਣ ਕਹਿ ਆਪਣੇ ਗਮ ਛਾਏ ਨਾ ਕਰੇ ਗਰੀਬਾਂ ਦੀ ਕਹਾਣੀ ਹੈ ਗਰੀਬ ਸਮਝ ਕੇ ਹਾਏ ਕੀਤੀ ਕਰ। ਰੋਣ ਵਾਲੇ ਹੋ ਕਮੀ ਨੇ ਹੁਕਮ ਦਿੱਤਾ ਸਿਪਾਹੀਓ ਵੰਨੋ ਹੁਸੈਨ ਦਾ ਸਰ ਗਿਨੋ ਇਹਨਾਂ ਸਰ ਸਦੂਕ ਵਿੱਚ ਬੰਦ ਕੀਤਾ ਚੰਦ ਔਰਤਾਂ ਸ਼ਾਮ ਦੀਆਂ ਇਹਨਾਂ ਸਿਪਾਹੀਆਂ ਦੇ ਕਰੀਬ ਆ ਕੇ ਆ ਦਿਨ ਮਿੰਨਤ ਲਾਓ ਸਾਕੂ ਸਰ ਦੀ ਜ਼ਿਆਰਤ ਕਰਨ ਦਿਓ ਇਹਨਾਂ ਜ਼ਮਾਨਤ ਮੰਗੀ ਇੱਕ ਜ਼ਈਫਾ ਸਾਹਮਣੇ ਵੱਲ ਯਾਦ ਮੈਂ ਜ਼ਾਮੇ ਨਾ ਸਰ ਦਿਓ। ਇਸ ਇਲਾਕੇ ਦੇ ਗੈਰਤਮੰਦ ਸੀ ਉਹ ਸਰ ਸਦੂਕ ਖੋਲਾ ਨੇ ਜ਼ਈਫਾ ਔਰਤੇ ਇੰਜ ਸਰ ਚਾਏ ਸਜੇ ਦੀਆਂ ਜ਼ੁਲਫਾਂ ਖੱਬੇ ਲਾੜੀ ਚ ਪੁੱਤਰਾਂ ਤੇ ਵਿਰਾ ਦਾ ਖੂਨ ਗੱਲੇ ਦੀਆਂ ਰੱਗਾਂ ਇਕੱਠੀਆਂ ਹੋਈਆਂ ਰੁਖਸਾਰ ਜ਼ਖਮੀ ਇਹ ਜ਼ਈਫਾ ਦੇ ਕੇ ਆਦੀ ਹੁਸੈਨ ਮੁਹਾਰੇ ਨਬੂਆਤ ਦਾ ਸਵਾਰ ਹੁਸੈਨ ਤੂੰ ਏ ਜਿਬਰਾਈਲ ਦੇ ਫਰਤ ਸਮਣ ਵਾਲਾ ਹੁਸੈਨ ਤੂੰ ਏ ਹੁਸੈਨ ਮੁਹਾਰੇ ਨਬੂਆਤ ਦਾ ਸਵਾਰ ਤੂੰ ਏ ਤਾਂ ਸਵਾਲ ਕਰਨ ਆਇਆ ਏ ਸਾਕੂ ਖਾਲੀ ਨਾ ਵਿਲਾਵੇਂ ਕੱਪਿਆਂ ਰੱਗੇ ਚਵਾਜ਼ ਇਹ ਖਿਆਲ ਨਾਲ ਮੰਗਾਏ ਮੈਂ ਕੋ ਅਕਬਰ ਦੀ ਮੌਤ ਖਾ ਗਈ ਏ ਲਜਪਾਲੇ ਖਾਲੀ ਨਾ ਬਲਾਵੇਂ ਸਯਾਦਾ ਦੇ ਮੰਗਾ ਮੈਂ ਦੇਸ ਇਆਦਿਆਂ ਨੂੰ ਹੁਸੈਨ ਅਸਾਂ ਸੁਣਿਆ ਤੇਰੀ ਭੈਣ ਬੜੇ ਦਾਅਵੇ ਕੀਤੀ ਬੈਠੀ ਅੱਜ ਤੱਕ ਭੈਣ ਛੱਡਣੇ ਤੈ ਮੰਨਣੇ ਜ਼ਖਮੀ ਰੱਗਾ ਹੁਸੈਨ ਦੇ ਚੁੰਮਕੇ ਜ਼ਈਫਾ ਰੋ ਰੋ ਕੇ ਆਦੀ ਕੜੀਆ ਸਾਂ ਸੁਣਿਆ ਤੇਰੀਆਂ ਭੈਣੀ ਵੀ ਤਰਾਏ ਹੈ ਅੱਬਾਸ ਦੀ ਭੈਣ ਸੱਡੀ ਵੰਨੇ ਨਾ ਵੰਨੇ ਤੇਰੀ ਮਰਜ਼ੀ ਤੇਰੀ ਬੇ ਔਲਾਦ ਭੈਣ ਸੱਡੇ ਵੰਨੇ ਨਾ ਵੰਨੇ ਤੇਰੀ ਮਰਜ਼ੀ ਹੁਸੈਨ ਜਿਹਦਾ ਨਾਂ ਆਲੀਆ ਹੈ ਜਦੜੋ ਸੱਡੇ ਜ਼ਰੂਰ ਲੱਗੀ ਵੰਨੇ ਤੇਰੇ ਸਹਾਰੇ ਭਲਾ ਵੀ ਬਈ ਭਲਾ ਵੀ ਤੇਰੀਆਂ ਧੀਆਂ ਦੇ ਜਿਹਦਾ ਨਾਂ ਆਲੀਆ ਹੈ ਜਦੜੋ ਭੈਣ ਸੱਡੀ ਜ਼ਰੂਰ ਲੱਗਾ ਵੰਨੇ ਤੇਰੇ ਸਾਂਗੇ ਦੁੱਖੇ ਦੁੱਖੇ ਸਫ਼ਰ ਕੀਤੇ ਨੇ ਹਰ ਬਾਜ਼ਾਰ ਹਰ ਗਲੀ ਹਰ ਚੌਕ ਵਿੱਚ ਹਰ ਕੋਈ ਆਦਾ ਬਾਗੀ ਦੀ ਭੈਣ ਰੋ ਰੋ ਕੇ ਆਦੀ ਮੈਂ ਬਾਗੀ ਦੀ ਨਹੀਂ ਮੈਂ ਨਮਾਜ਼ੀ ਦੀ ਭੈਣ ਹਾਂ
ਸਫਰ ਹਨ ਤੋਣੀ ਜੇ ਜਦੇ ਔਖੇ ਮੰਜ਼ਰ ਹਨ ਕਿਥੇ ਨਾ ਸਖਾ ਮੈਂ ਭੁੱਖੀਆਂ ਮੈਂ ਕੋ ਖਾਣਾ ਦਿਓ ਇਹ ਸਹੀ ਪਰ ਔਰਤ ਨੇ ਕਿਹਾ ਦੀ ਕੜੀਏ ਕਿਥੇ ਨਾ ਸਖਾ ਮੈਂ ਤਸੀਆਂ ਮੈਂ ਕੋ ਪਾਣੀ ਪੀਵਾਓ ਕਿਥੇ ਨਾ ਸਖਾ ਮੈਂ ਥੱਕ ਪਈਆਂ ਮੈਂ ਕੋ ਸਹੀ ਕਢਵਾਓ ਮੰਗੇ ਸਹੀ ਕਾ ਗੱਲ ਆ ਦੀ ਮੈਂ ਕੋ ਚਾਹਤਾ ਦਿਓ ਮੈਂ ਨਬੀ ਦੀ ਧੀਆਂ ਸਾਰੇ ਪਰਦਾਦਾਰ ਹੀ ਰੋਂਦੇ ਪੈਣ ਹੁਸੈਨ ਦੇ ਅਦਾਦਾਰ ਹੀ ਰੋਂਦੇ ਪੈਣ ਜਦੋਂ ਜ਼ਈਫਾ ਗੱਲ ਕੀਤੀ ਹੈ ਜਦੋਂ ਵੇਣ ਸੱਡੀ ਵਜਾਏ ਜ਼ਰੂਰ ਮੇਰੇ ਇਮਾਮ ਦੇ ਕੱਪੇ ਗੱਲ ਹੀ ਚਵਾਈ ਮਾਇਆ ਇੱਥੇ ਹੀ ਰੁਕ ਕੇ ਦੇਖੋ ਅੱਜ ਵੇਣ ਸੱਡਣਾ ਮੈਂ ਵਹਿੰਦਾ ਕਿਵੇਂ ਹਾਂ ਤੁਸੀਂ ਸੋਹਣੀ ਆਏ ਕਰ ਬੈਠੇ ਹੋ ਦੋ ਗੱਲਾਂ ਹੋਰ ਸੁਣੋ ਮੈਂ ਵੇਣ ਸੁਣਾਵਾਂ ਇਹਨਾਂ ਸਰ ਸਦੂ ਕਿਚ ਬੰਦ ਕੀਤੇ ਬਜ਼ੁਰਗ ਕਿਵੇਂ ਪੜਦੇ ਰਹਿੰਦੇ ਹਨ ਇਸ ਕਮਰੇ ਚ ਸਰ ਰੱਖਵਾਏ ਤਾਲਾ ਮਰੇ ਸਜਾਦ ਫੁੱਪੀ ਕੁਆਕ ਬਿਰਾ ਸਦੇ ਮੇਰਾ ਇਮਾਮ ਜ਼ਿੰਦਾ ਨਾ ਦੇ ਜਾਏ ਫੁੱਪੀ ਅੰਮਾ ਬਿਰਾ ਦਾ ਸਰ ਪਾ ਬੰਦ ਥੀ ਗਈ ਬਿਰਾ ਸਦ ਮੇਰੀ ਸੈਡ ਇਰਾਦਾ ਕੀਤਾ ਮੇਰਾ ਇਮਾਮ ਰੋ ਕੇ ਆਦੇ ਫੁੱਪੀ ਅੰਮਾ ਮੇਰੇ ਬਾਬੇ ਦਾ ਜ਼ਮਾਨਾ ਦੁਸ਼ਮਣ ਹੈ ਮੇਰਾ ਬਾਬਾ ਦਰਬਾਰਾਂ ਦਾ ਜ਼ੀਨਾ ਤੇ ਕਮੀਨੇ ਦਰਬਾਰ ਵਿੱਚ ਫੁੱਪੀ ਅੰਮਾ ਇਤਨੇ ਤੱਕ ਨਾ ਸਦੇ ਜੇ ਤੱਕ ਮੈਂ ਦਰਬਾਰ ਨਾ ਆਵੇਗਾ ਸਜਾਦ ਰੋ ਰੋ ਕੇ ਖੜਿਆ ਦਨ ਫੁੱਪੀ ਅੰਮਾ ਕਮੀਨਾ ਦੇਦਾ ਪਏ ਮੈਂ ਬਾਬੇ ਦਾ ਇਸਤਕਬਾਲ ਆਪ ਕਰੇ ਸਾਂ ਸਜਾਦ ਦਰਬਾਰ ਹੀ ਚਾ ਬੈਠੇ ਬਜ਼ੁਰਗ ਇਵੇਂ ਪੜਦੇ ਰਹਿੰਦੇ ਹਨ ਕਈ ਸੌ ਕੁਰਸੀ ਲੱਗੀ ਹੋਈ ਕਮੀਨੇ ਕੁਰਸੀਆਂ ਤੇ ਬੈਠੇ ਹਰ ਬੰਦੇ ਦਾ ਇੱਕੋ ਜ਼ਹਿਨ ਹੈ ਅੱਜ ਵੇਣ ਸੱਡਣੇ ਤੇ ਬਿਰਾਹ ਵੰਜਣੇ ਮੈਡੀਸਾਈਡ ਅਕਲ ਮਾਰੀ ਅਕਲ ਸੁਣ ਬੇਣ ਲੁਕਈਆ ਆਸਰਾ ਦੇ ਕੇ ਉਠਾ ਮੈਂ ਕੋ ਅਕਬਰ ਦੀ ਮੌਤ ਖਾ ਗਈ ਹੈ ਗਰੀਬ ਦਿਆ ਦੂਵੇ ਬੇੜੀ ਗਰੀਬ ਆਇਆ ਫੇਰ ਉਠੇ ਵਾਲ ਖੋਲਣੇ ਸਮਰੀ ਸੈਨ ਡੂਆ ਸਰ ਤੇ ਰੱਖੇ ਦਰਬਾਰ ਦਾ ਮੂੰਹ ਕੀ ਦੈਸ ਹਜ਼ਾਰਾ ਕਿਆ ਦੇਵੀ ਲੱਲੇ ਆਇਆ ਸੈ ਗੱਲੀ ਵਾਲੀ ਵੈਦੀਆ ਮੇਰਾ ਤੇ ਸਵਾਲ ਕਰੋ ਆਖੋ ਜ਼ਾਕਰ ਸਾਹਿਬ ਭੇਣ ਜੋ ਸੱਡਾ ਫਿਰਾ ਦਰਬਾਰ ਚ ਗਿਆ ਜਾਂ ਕੋਈ ਨਾ ਜ਼ਿੰਦਾਨ ਚ ਗਿਆ ਜਾਂ ਕੋਈ ਨਾ ਮੇਰਾ ਅੱਲਾ ਗਵਾਹ ਹੈ ਸਦੂ ਕੀ ਕੜਕਾਰ ਪੈਦਾ ਹੈ ਤਾਲਾ ਤਰੁੱਟਾ ਹੈ ਮੇਰੇ ਇਮਾਮ ਦਾ ਜ਼ਿੰਦਾਨ ਤੂੰ ਸਰ ਬਹਿਰ ਆਇਆ ਹੈ ਇਹ ਸਾਰੇ ਮੁਸਲਮਾਨ ਕੁਰਸੀਆਂ ਤੇ ਬੈਠੇ ਰਹਿਣ ਸਜਾਦ ਕਰੀਏ ਗੁਰੂ ਦਾ ਦੁਆ ਤੂੰ ਮੱਥੇ ਤੇ ਰੱਖੇਦਾ ਹੈ ਉੱਚਾ ਰੱਖਿਆ ਦਾ ਕਾਜ ਪੁੱਤਰ ਦਾ ਸਲਾਮ ਆਵੀ ਆਵਾ ਦਰਬਾਰਾਂ ਦੀ ਜ਼ੀਨਤ ਬਾਬਾ ਹਾਏ ਮੈਂ ਨੌਕਰਾਂ ਭਲਾ ਵੀ ਆਦਕ ਕਹਿ ਦੀ
ਪੁੱਤਰ ਦਾ ਸਲਾਮ ਵੀ, ਪਰਦੇਸੀ ਪੁੱਤਰ ਦਾ ਸਲਾਮ ਵੀ, ਮੇਰੀਆਂ ਮਾਵਾਂ ਭੈਣਾਂ ਚੌਦਾਂ ਸਫ਼ਰ ਵੀ ਸਫ਼ਰ, ਅਲੀ ਦੀ ਧੀ ਚੇਲਮ ਕਰਨ ਫਿਰਾ ਦਾਵਲਾ, ਮਿੰਨਤ ਲਵਾਏ ਕਹਿਦਾ ਪੁੱਤਰਾ ਕਹਿਦਾ ਫਿਰਾ ਦਾ ਬਦਲਾ ਸੀ ਸੋਨਾ ਦਾ ਲਾ ਕੇ ਆਇਆ ਕਰੋ ਸਾਲ ਆਈ ਜਦਾ ਅਕਬਰ ਦੀ ਲਾਸ਼ ਤੇ ਆਏ ਤੇਰੀ ਦਾੜੀ ਚਿੱਠੀ ਆ ਗਈ ਆਈ ਆਦੇ ਬਾਬਾ ਵਾਲਾ ਜਦੋਂ ਮੇਰੀ ਭੈਣ ਦੀ ਗਈ ਸਜਾਦ ਮੈਂ ਥੱਕ ਪਈ ਆ ਆਦੇ ਬਾਬਾ ਮੈਂ ਕੁਵੇਣ ਦੇ ਸਵਾਲ ਮੁੱਠੜਾ ਕਰ ਛੋੜਾ ਤੁਹਾਡੀ ਧੀ ਆਦੀ ਆਈ ਸਜਾਦ ਸ਼ਾਮ ਵਿੱਚ ਹਵਾ ਨਹੀਂ ਖੁੱਲਦੀ ਆਦੇ ਬਾਬਾ ਮੈਂ ਭੈਣ ਦਾ ਮੂੰਹ ਚੁੰਮ ਕੇ ਰੋ ਕੇ ਅੱਖਾਂ ਖੁੱਲਦੀ ਹੈ ਮਗਰ ਸਾਡੀ ਥਰਾ ਮੈਂ ਲੱਗਦੀ ਨਹੀਂ ਸਜਾਦ ਮਰਵਨੀ ਆਦੇ ਬਾਬਾ ਮੈਂ ਕੁਵੇੜ ਆਖਿਆ ਸਜਾਦ ਪੈਰ ਵਧਾ ਮੈਂ ਤੇਰੇ ਕੰਢੇ ਕਢੇਂਦੀ ਹਾਂ ਮੇਰਾ ਇਮਾਮ ਰੋ ਕੇ ਪਿਓ ਦੇ ਸਰ ਤੇ ਬੋਸਾ ਦੇ ਕੇ ਆਦੇ ਬਾਬਾ ਮੈਂ ਭੈਣ ਦਾ ਮੂੰਹ ਚੁੰਮ ਕੇ ਆਖਾਂ ਤੇਰੇ ਹੱਥ ਇੰਜ ਮਸਰੂਫ ਹੈ ਆਦੇ ਬਾਬਾ ਮਿੱਟੀ ਤੇ ਸਵਲੇ ਲੋ ਕੇ ਆਖਿਆ ਸਜਾਦ ਪੈਰ ਵਧਾ ਮੈਂ ਮੂੰਹ ਨਾਲ ਕਢੇਂਦੀ ਹਾਂ ਝੁਕ ਗਈ ਰਾਤ ਕਿੱਥਾ ਰੁਨਾ ਯਾਦ ਹੈ ਰਾਤ ਬਾਬਾ ਉਸ ਵੇਲੇ ਰੁਨਾ ਜਦਾ ਤੇਰੀ ਭੈਣ ਨੌ ਲੱਖ ਚ ਆਖੇ ਚਾਦਰ ਦਿਓ ਮੈਂ ਵੱਡੀ ਪਰਦਾਦਾਰ ਹਾਂ ਬਲਾਵੀ ਮੇਰੇ ਇਮਾਮ ਮੁਹੰਮਦ ਬਾਕਰ ਦਾ ਸਰ ਚੁਮਿਆ ਹੈ ਮੁਹੰਮਦ ਬਾਕਰ ਦਾ ਸਰ ਚੁੰਮ ਕੇ ਹੁਸੈਨ ਦੇ ਸਰ ਪ੍ਰਵਾਸ ਕੀਤੀ ਹੈ ਬਾਕਰ ਮਿੱਟੀ ਤੇ ਬਹਿ ਗਏ ਆ ਮੇਰੇ ਇਮਾਮ ਸੱਜਾਦ ਮੁਹੰਮਦ ਬਾਕਰ ਦਾ ਮੂੰਹ ਚੁਮਿਆ ਹੈ ਆਦਾ ਮੇਰਾ ਲਾਲ ਦਾਦਾ ਕੇ ਆਦਾ ਹੀ ਰੁਨਾ ਕਿਉਂ ਹੈ ਆਦਾ ਬਾਬਾ ਦਾਦਾ ਦਾ ਹੀ ਔਖੇ ਸਫ਼ਰ ਹੈ ਥੱਕ ਤਾਂ ਨਹੀਂ ਪਿਆ ਆਦਾ ਸਵਾਲ ਦਾ ਜਵਾਬ ਬਾਕਰ ਹੋ ਕੇ ਆਦਾ ਬਾਬਾ ਮੈਂ ਦਾਦਾ ਕੋ ਕੇ ਮੈਂ ਤੇਰੇ ਵੇੜੀ ਤੂੰ ਚੰਗਾ ਤਾਂ ਕੋਈ ਨਾ ਆਖਰੀ ਲਾਸ ਮਿੰਬਰੀ ਦਾ ਤਲੇ ਬਿਰਾ ਦੇ ਵਾਲੇ ਰਵਾਲਾ ਲਿਆ ਮੇਰੇ ਇਮਾਮ ਦਾ ਸਰ ਜ਼ਿੰਦਾ ਨਿਚਾਇਆ ਹੈ ਮੈਂ ਜਿਤਨੇ ਆਏ ਕਰਦੇ ਹੋ ਮੈਂ ਕੋਲਾ ਦੇ ਨਾਂ ਤੇ ਦੱਸੋ ਜਦੋਂ ਹੁਸੈਨ ਦਾ ਸਰ ਜ਼ਿੰਦਾ ਨਹੀਂ ਚਾਹੇ ਭੇੜੀ ਬੈਠੀਆਂ ਰਹੀਆਂ ਹਾਏ ਕਰਨ ਵਾਲਿਓ ਮੈਂ ਵੀ ਆਪਣੇ ਦੁੱਖ ਵੇਣ ਜਿਨ੍ਹਾਂ ਤੇ ਤੂੰ ਸਹਾਇ ਕਰਨੀ ਹੈ ਰਵਣ ਵਾਲਿਓ ਜਨਾਬ ਸਜਾ ਦਬਾਬਾ ਜ਼ਿੰਦਾ ਤੇ ਪ੍ਰਵਾਸ ਪਿਆ ਕਰੇ ਲੈ ਕਲਸੂਮ ਝੋਲੀ ਵਧਾ ਕੇ
ਰੋਕਿਆ ਦੀ ਅੱਲਾਹਿਆ ਰੋਕਿਆ ਦੀ ਹੁਸੈਨ ਮੇਰੇ ਪੁੱਤਰਾਂ ਵਾਲਾ ਮੈਂ ਕੁਰਬਾਨ ਕਰਾਂ ਨਾਰਾਜ਼ ਨਹੀਂ ਮੈਂ ਕਚਾ ਦਾ ਰਹੀ ਹੁਸੈਨ ਕਹਿੰਦੀ ਡੋਲੀ ਚ ਨਹੀਂ ਲੱਤਾ ਵਤ ਲਾਹੌਰ ਦੀ ਮਲਕਾ ਹੁਸੈਨ ਸਭ ਤੋਂ ਪਹਿਲੇ ਉਜੜਾ ਨਾਲੀ ਵੇਣ ਦਾ ਸਲਾਮ ਕਹਿੰਦੀ ਡੋਲੀ ਚ ਨਹੀਂ ਲੱਤਾ ਹੁਸੈਨ ਬਾਦਸ਼ਾਹ ਵੇਣ ਦੀ ਡੋਲੀ ਚ ਲੱਤਾ ਹੈ ਸਵਾਲ ਹੈ ਵੈਣ ਮੈਂ ਕਰਨੇ ਜਾਮ ਫੁਰ ਵਾਲਿਆ ਹੈ ਕਰਨੀਆਂ ਰੋਵਣ ਵਾਲਿਆ ਵੇਣ ਦੀ ਝੋਲੀ ਚ ਆਰਾਮ ਨਾਲ ਨਹੀਂ ਕਹਿ ਵੇਲੇ ਸੱਜੇ ਦੇ ਦੇ ਕਹਿ ਵੇਲੇ ਖੱਬੇ ਦੇ ਦੇ ਮੇਰੀ ਸੈਨ ਫਿਰਾ ਦਾ ਮੂੰਹ ਚੁਮਕਿਆ ਦੇ ਹੁਸੈਨ ਕਿਉਂ ਬੇਚੈਨ ਰੁਨਾ ਮੇਰਾ ਇਮਾਮ ਤੇ ਰੋਕਿਆ ਦੇ ਕਿਨ ਗਈ ਹੈ ਮੇਰੀ ਉਲਫਤ ਵਿੱਚ ਤੇ ਜਾ ਵੱਖਰੀ ਕੈਦ ਨਿਭਾਈ ਮੈਂ ਦੇਖ ਰਿਹਾ ਜ਼ਿੰਦਾਨ ਦੇ ਵਿੱਚ ਨਹੀਂ ਨਜ਼ਰ ਮਾਸੂਮ ਮੈਂ ਦੇਖ ਰਿਹਾ ਜ਼ਿੰਦਾਨ ਦੇ ਵਿੱਚ ਨਹੀਂ ਨਜ਼ਰ ਮਾਸੂਮ ਅੱਖਾਂ ਸਾਫ਼ ਕਰਕੇ ਸਲਵਾਤ ਪੜ੍ਹੋ ਸਲਵਾਤ ਇਵੇਂ ਪੜ੍ਹੋ ਜਿਵੇਂ ਗਰਾਨਾ ਲੈ ਕੇ ਸਲਵਾਤ ਹੈ ਅੱਲਾਹੁਮਾ ਮਜਮਾ ਬੜਾ ਜ਼ਿਆਦਾ ਤੇ ਸਲਵਾਤ ਬਹੁਤ ਢਿੱਲੀ ਹੈ ਉੱਚੀ ਸਲਵਾਤ ਪੜ੍ਹੋ ਅੱਲਾਹੁਮਾ ਨਾਰੇ ਤਕਬੀਰ ਅੱਲਾਹ ਵਾਹਦਾ ਉਲਾ ਸ਼ਰੀਕ ਹੈ ਸੱਚ ਅੱਲਾ ਬੇਮਿਸਲ ਔਰ ਬੇਮਿਸਾਲ ਹੈ ਭਾਈ ਜਾਨ ਅੱਲਾ 18,000 ਜਿਨਸ ਦਾ ਖਾਲਕ ਹੈ ਜਿਹੜੇ ਬੰਦੇ ਨਹੀਂ ਬੋਲੇ ਅੱਲਾ 5, 12, 14 ਅਲੀ ਦਾ ਵੀ ਮਾਲਕ ਹੈ ਮਾਲਕ ਦੇ ਲੱਖ ਅਹਿਸਾਨ ਹੈ ਨਸਾ ਸਾਰਿਆਂ ਕੋਈ ਇਨਸਾਨ ਬਣਾਏ ਵਾ ਜਾਮਪੁਰ ਵਾਲੇ ਹੋਏ ਜਿਹੜਾ ਵੱਡਾ ਬੰਦਾ ਬਣਾ ਕੇ ਲੁਗਾ ਨਹਿ ਛੋੜਾ ਕੱਲਾ ਨਹਿ ਛੋੜਾ 5, 12, 14 ਜੈ ਰੱਬ ਰਤਾ ਕੀਤੇ ਨੇ ਜਿਹੜੇ ਸਾਰੇ ਦੇ ਸਾਰੇ ਸਹੀਆ ਦਿਨ ਤੇ ਨਾਲੇ ਬਿਆਏ ਬੇ ਮਾਲਕ ਦੇ ਨਾਂ ਚਾਵਣ ਨਾਲ ਸੁਸਤੀ ਗਫਲਤ ਗਰਮੀ ਸਰਦੀ ਨਹੀਂ ਮਹਿਸੂਸ ਕਰਨੀ ਚਾਹੀਦੀ ਜਿਹੜੇ ਜਮਾਓ ਸਾਰੇ ਬੋਲੋ ਨਾਰੇ ਤਕਬੀਰ ਅੱਲਾਹ ਅਕਬਰ ਇੱਕ ਦਾ ਬੰਦਾ ਰਹਿ ਗਿਆ ਨਾ ਰਲਾਓ ਚਾ ਨਾਰੇ ਰਿਸਾਲਾ ਯਾ ਰਸੂਲੱਲਾ ਨਾਰੇ ਰਿਸਾਲਾ ਯਾ ਰਸੂਲੱਲਾ ਨਾਰੇ ਹੈਦਰੀ ਸਾਰੇ ਬੋਲੋ ਹੈਦਰੀ ਉੱਚਾ ਬੋਲੋ ਹੈਦਰੀ ਯਾ ਅਲੀ ਮੌਲਾ ਹੁਸੈਨੀਆਦ ਜ਼ਿੰਦਾਬਾਦ ਯਜ਼ੀਦੀਆਦ ਮੁਰਦਾਬਾਦ ਦੁਸ਼ਮਣ ਸੈਯਦਾਂ ਤੇ ਲਾਨਾਤ ਸਾਦਾਤ ਦੇ ਹਰ ਦੌਰ ਦੇ ਹਰ ਦੁਸ਼ਮਣ ਤੇ ਲਾਨਾਤ ਮੇਰੀ ਤਹਿਰਾ ਜ਼ਕੀਆ ਮੁਅਜ਼ਮਾ ਆਲਮ ਹਸੈਨ ਦੀ ਜ਼ਾਤ ਤੇ ਅੱਖ ਬੰਦ ਕਰਕੇ ਉੱਚੀ ਸਲਵਾਤ ਪੜ੍ਹੋ ਅੱਲਾਹੁਮਾ
آل محمد قبل عزت وائے مالک پڑھیے عظیم عبادت قبول فرماوے اللہ بانیاں نے چیلم اراکینی ان جوان بزرگاں دا نوجواناں دا ٹرایا قبول فرماوے ممبر تے کھڑا خوش آمد دی دات دعا کدی نہیں منگئی میرا پیارا بھرائے اختر عباس مالک انہاں دے مرحومین دے درجات بلند فرماوے میرے دادے استاد حافظ محمد علی خان اور میرے استاد محترم میری والدہ دے مالک درجات بلند فرماوے اس مجلس سی چیز آستانے دے جتنے عزادار بیمار ہیں مالک مکمل صحت عطا فرماوے میرے والد صاحب کو تکلیف ہے مالک انہاں کو مکمل صحت عطا فرماوے اللہ اے جتنے بزرگ زن مرد ٹرن کئے کمینے دا محتاج نہ کرے کریم اللہ میں حقیر سمیت انہاں عزاداراں کو اے تک موت نہ دیویں جے تک 14 دا زوار نہ بناواں مجمع وڈا ہے دعائی وڈی ہونی چاہیے تے وا تامین اس معیار تے ہونی چاہیے اللہ اولاد دعا دے وے جڑی ماتم دار شبیر ہوے دی وا دے وے جڑی کنیز سیدہ ہوے پتر وا دے وے جڑا حسین دے اکبر دا نوکر ہوے پیسہ وا دے وے جڑا بادشاہ دے رات تے خرچ کرے گھر بھی وا دے وے جائے گھر ہمیشہ 5 12 14 توحید دا ذکر رہے ونجے اللہ ساڈے حقیقی وارث عدل ظہور فرما دعا قبول کر کے احسان فرما ان سارے دعاواں دی قبولیت واسطے ایسی صلوات پڑھو مشہد امام رضا دا روزہ یاد آوے اللہم صلی اللہ اجازت ہوئے فرمانے رسالت صحیح فرمان دینا اپنے مجلسہ کو زینت دو میرے بھرا علی دے ذکر نال میں جناب کو فضائل علی وچ میں 5 12 14 قصیدے سناواں چا بندہ بول ہی نہیں سکدا جتنے تک 14 دی مہر نہ ہوئے میرا یقین ہے میرا ایمان ہے میرا عقیدہ ہے ہر زبان نہیں بلندی بھائی جان زبان وہ بلندی ہے جیڑی زبان تے 14 دی مہر ہوئے بندے لالا بیٹھ کندیا زینتاں بندے بازاراں تے گلیاں اچ ویڑے اچ کہے کو بولن ہی نہیں دیندے مگر ایتھوں بنداں دے جڑا 5 12 14 اللہ کو چنگا لگدا ہو میں پہلا قصیدہ حسین بادشاہ دی عظمت دا سناونا چاہنا کیونکہ ذکر ہوندا پہ بار بار حسین دا اے مہینہ مخصوص ہے بہن تے بھرا دا میرا دل دا اے قصیدے دی عمر ہے چاچا کم از کم 20 سال تے 20 سال پرانا قصیدہ اگر جام پوری چ نواں لگے بول پوسو چلو قصیدے دی شروعات تو پہلے میں ایک ٹیسٹر لیندا رہنا اون ٹیسٹر تو پتلا پتہ لگ ویسی بھی تسا قصیدہ کیڑے رنگ ہی سننا چاہندے ہو لبے ایک ٹیسٹر اندے بجلی چیک کرن والا بیا ٹیسٹر اندے بخار چیک کرن والا جڑا میں ٹیسٹر لاونا ہے او بلائی علی دا ٹیسٹر قصیدہ حسین بادشاہ دی عظمت دا سونی صلوات پڑھو قصیدہ پڑھا بیٹھی ہو سی اللہ دے بندے ہاں لے ویسی جی کی سلوات پڑھو اللہم ذکر آریا ہے جائے پجا حسین دا خود خدا بھی اے مدا سلا حسین دا
ਯਾਲੀ ਯਾਲੀ ਇਹਦਾ ਮੌਸਮ ਹੀ ਠੱਡਾ, ਕੋਈ ਨਹੀਂ ਸਿਲਾਬ ਦਾ ਕੋਈ ਡਰ ਨਹੀਂ। ਮਤ ਸੁਣੀ ਬੈਠੇ ਹੋ ਵੀ ਸਿਲਾਬ ਪਿਆਉਂਦੇ? ਨਹੀਂ 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 ਨਹੀਂ, ਤੁਸੀਂ ਇਹ ਟਾਈਮ ਜੰਨਤ ਵਿੱਚ ਬੈਠੇ ਹੋ। ਹੱਥ ਉੱਚੇ ਸਾਰੇ ਬੋਲੋ ਹੈਦਰੀ, ਕਸੀਦਾ ਸ਼ੁਰੂ ਹੈ, ਦੁਆ ਕਰਨੀ ਹੈ। ਜ਼ਿਕਰ ਹਰਿਆ ਜਾ ਬਜਾ ਹੁਸੈਨ ਦਾ, ਖੁਦ ਖੁਦਾ ਵੀ ਹੈ ਮਦਾਸਰਾ ਹੁਸੈਨ ਦਾ। ਜ਼ਿਕਰ ਹਰਿਆ ਜਾ ਬਜਾ ਹੁਸੈਨ ਦਾ, ਖੁਦ ਖੁਦਾ ਸੁਣੀ ਸੁਣੀ ਮਦਾਸਰਾ ਹੁਸੈਨ ਦਾ। ਸੋਚ ਸੋਚ ਕੇ ਤੇ ਵੱਲ ਮੈਂ ਉਹ ਸੋਚਿਆ, ਸੋਚ ਤੂੰ ਬੁਲੰਦ ਹੈ ਮਰਤਬਾ ਹੁਸੈਨ ਦਾ। ਜ਼ਿੰਦਾਬਾਦ, ਸਾਰੇ ਬੋਲੋ। ਕਿਬਲਾ ਮਦੀਨਾ ਮੁਹੰਮਦ ਵਸਦਾ ਨਾ ਰਹਿਬੇ ਸ਼ਾਮ ਦਾ ਸਵਾਲੀ, ਬਾਹਰ ਗਏ ਮੁਹੰਮਦ ਚਾ ਕੇ ਦੇ ਸੋਹਣਾ ਨਬੀ ਮੁਤਾਲਾ ਫਰਮਾ, ਮੇਰੇ ਨਸੀਬ ਵਿੱਚ ਔਲਾਦ ਹੈ ਜਾਂ ਕੋਈ ਨਾ। ਪਾਕ ਨਬੀ ਮੁਤਾਲਾ ਫਰਮਾਇਆ, ਫਰਮਾਇਆ ਤੇਰੇ ਨਸੀਬ ਵਿੱਚ ਔਲਾਦ ਅੱਲਾ ਨੇ ਨਹੀਂ ਲਿਖੀ। ਪਰੇਸ਼ਾਨ ਹੋ ਕੇ ਗਲੀਆਂ ਵਿੱਚ ਬਾਦਸ਼ਾਹ ਹੁਸੈਨ ਸਾਹਮਣੇ ਆ ਗਏ। ਸ਼ਾਮ ਦਾ ਵਸਦਾ ਕਿੱਥਾ ਗਿਆ ਹੋਵੇ ਤੁਹਾਡੇ ਨਾਨੇ ਦੀ ਜਹਾਂਗੀਰ ਵਿੱਚ, ਨਾਨੇ ਦੇ ਦਰਬਾਰ ਵਿੱਚ? ਕੇ ਫਰਮਾਇਆ ਨੇ ਨਸੀਬ ਵਿੱਚ ਔਲਾਦ ਕੋਈ ਨਹੀਂ? ਸਹੀ ਫਰਮਾਇਆ ਨੇ ਛੋਟੀ ਜਿਹੜੀ ਅਦਾਲਤ ਵਿੱਚ ਬਗੈਰ ਵਕੀਲ ਦੇ ਨਹੀਂ ਵਣੀਦਾ, ਵੱਡੀ ਅਦਾਲਤ ਵਿੱਚ ਬਗੈਰ ਵਕੀਲ ਦਿਆ ਦੇ ਮੌਲਾ ਮੇਰਾ ਵਾਕਫ ਕੋਈ ਨਹੀਂ। ਇਹ ਜਾਮਪੁਰ ਦਾ ਮਜਮਾ ਤੇ ਬੰਦੇ ਨਾ ਬੋਲੇ, ਮੇਰਾ ਹਾਂ ਨੁਕਸੀ ਹੁਸੈਨ ਬਾਦਸ਼ਾਹ ਦਾ ਬਾਜ਼ੂ ਨਾਪ ਕੇ ਆ ਦੇਣ, ਤੇਰੇ ਇਲਮ ਵਿੱਚ ਕੋਈ ਨਹੀਂ। ਜਾਂਦਾ ਕੋਈ ਨਾ ਹੋਵੇ ਉਹਦਾ ਮੈਂ ਹੁਸੈਨ ਆ। ਅੱਲਾ ਦੀਆਂ ਮਰਜ਼ੀਆਂ ਖਰੀਦ ਕਰਨੇ ਹਨ ਤਾਂ ਹੁਸੈਨ ਕਿਰਦਾਰ ਅਦਾ ਕਰਨਾ ਪੋਸੀ। ਅਗਰ ਹੁਸੈਨ ਕੋਈ ਇਮਾਮ ਮੰਨਣਾ ਹੈ ਤਾਂ ਵੱਤ ਪੈਰੋਕਾਰੀ ਹੁਸੈਨ ਵੀ ਜ਼ਰੂਰ ਹੈ। ਹੁਸੈਨ ਆਖੇ ਨਾ ਦਾੜੀ ਰਖਵਾ ਤਾਂ ਵੱਤ ਕੋਸ਼ਿਸ਼ ਕਰੋ, ਉਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਹੁਸੈਨ ਆਖੇ ਜ਼ਕਾਤ ਦੇ ਤਾਂ ਵੱਤ ਨਹੀਂ ਮੁਕਰਨਾ ਚਾਹੀਦਾ ਵੀ ਮੇਰੇ ਕੋਲੋਂ ਇਹ ਵੀ ਅਰਸ਼ ਤੇ ਦੇਂਦਾ ਨਾ। ਹੁਸੈਨ ਜ਼ਮਾਨੇ ਦਾ ਲਜਪਾਲ ਹੈ, ਮੈਂ ਹੁਸੈਨ ਦੀ ਲਜਪਾਲੀ ਸੁਣਾਉਣੀ ਹੈ, ਅਤਾ ਹੈ ਖੁਦਾਵੰਦੀ ਸੁਣਾਉਣੀ ਹੈ। ਮਾਲਕ ਨੇ ਹੁਸੈਨ ਕੋ ਅਤਾ ਕਿਤਨਾ ਕੀਤਾ ਹੈ, ਬਾਦਸ਼ਾਹ ਹੁਸੈਨ ਦੁਆ ਦੇ ਹੱਥ ਬੁਲੰਦ ਕੀਤੇ, ਪਾਕ ਨਬੀ ਹੁਸੈਨ ਦਾ ਤਾਰੁ ਕਰਾ ਕੇ ਪਿਆ ਦੇਣ। ਲਿਖੇ ਲਿਖਾਵੇ ਯਾ ਲਿਖਿਆ ਮਿਟਾਵੇ, ਲਿਖੇ ਲਿਖਾਵੇ ਯਾ ਲਿਖਿਆ ਮਿਟਾਵੇ, ਲਿਖੇ ਲਿਖਾਵੇ ਯਾ ਲਿਖਿਆ ਮਿਟਾਵੇ। ਮਰਜ਼ੀ ਦਾ ਮਾਲਕ ਮਰਜ਼ੀ ਚਲਾਵੇ, ਮਰਜ਼ੀ ਦਾ ਮਾਲਕ ਮਰਜ਼ੀ ਚਲਾਵੇ। ਏ ਖੁਦਾ ਦਾ ਹੈ ਤੇ ਖੁਦਾ ਹੁਸੈਨ ਦਾ, ਰੱਬ ਨੇ ਮੋੜਦਾ ਆਖਿਆ ਹੁਸੈਨ ਦਾ। ਯਾਲੀ ਯਾਲੀ ਨੂੰ ਜਾਣਾ ਰਾ ਹੈਦਰੀ, ਤ੍ਰੀਜਾ ਨਾਰਾ ਹੈਦਰੀ, ਚੌਥਾ ਨਾਰਾ ਹੈਦਰੀ, ਪੰਜਨ ਪੈਟ ਪੰਜਵਾਂ ਨਾਰਾ। ਮਜਮਾ ਜਾਮਪੁਰ ਦਾ ਹੋਵੇ ਕਮ ਅਜ਼ ਕਮ ਆਮਦਾਨੀ ਤਾਈਂ ਆਵਾਜ਼ ਬਣੇ, ਉੱਚਾ ਨਾਰਾ ਹੈਦਰੀ। ਯਾਲੀ ਯਾਲੀ ਅਜ਼ਾਨ 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 ਅਜ਼ਾਨ।
صلی اللہ علیہ وآلہ وسلم صلی اللہ علیہ وآلہ وسلم اچھی سلوات پڑھو جتنے آزادار امام حسین بیٹھے ہو اگلا شیر عظمت آزادار سناونا چاہنا جتنے آزادار جنا حسین بادشاہ کو اتھو منائے اے اتھو اتھو نا نا لے نا اے اتھو منانا لے پھولے سرات تے لگے ویسے اے جڑے رکے کھڑے ہو سن پیچھا کوڑی بوتھیا لے اے اکثر بھی او انہاں کو کیوں نہیں روکا سا کو کیوں روکیا وے فرشتے انہاں دے پاس لے کے اکثر نے سوال دا جواب مخدومہ کولو پوچھ دے آئے ہیں مخدومہ اے آزادار تے کو کتنے پیارے لگ دین میری سین مخدومہ تو آزاداراں دا اشارہ کر کے اکسی اے ماتمی تے آزادار سارے اللہ انہاں دے سائے سلامت رکھے بزرگ تشریف گنن عالم دینن میرا دل نہیں آتا جو میں انتظار کرواواں انہاں کو ایک وین سناونا ہے تے وین ہی اسے ویلے دا سناونا ہے جڑا سر کھلے بازار ہی چا کھڑی ہے تے لوگ آدے نو کو مارو جے کو ٹرن دی ڈاہ نہیں آدی ہائے ہائے بلو او بازار ہی چاہیے جیندا قد بھراواں نہ ڈٹھا ਥੋੜੀਆਂ ਬੰਦੀਆਂ ਹੈ ਕੀਤੀਆਂ ਮੈਂ ਵਾਧਾ ਦਾ ਉਹ ਬਾਜ਼ਾਰ ਹੀ ਚਾਹੀਏ ਜਿਹਦਾ ਕੱਦ ਫਿਰਾਵਾਂ ਹੀ ਨਾ ਬਿਠਾ ਛੋਟੇ ਛੋਟੇ ਬਾਲ ਹੈ ਬੈਠੇ ਕਰਨ ਦੇ ਲਫ਼ਜ਼ ਵੀ ਯਾਦ ਹੈ ਉਹ ਬਾਜ਼ਾਰ ਹੀ ਚਾਹੀਏ ਜਿਹਦਾ ਲਹਿਜਾ ਸੁਣਨ ਵਾਸਤੇ ਪਿਓ ਸਿੱਖ ਦਾ ਟੁਰ ਗਏ ਭਲਾ
ਪੈਸਾ ਦੀ ਆਜ਼ਾਦਾਰੀ ਹੈ। ਰੋਣ ਵਾਲੇ ਜਦੋਂ ਬਾਜ਼ਾਰ ਸ਼ਾਮ ਵਿੱਚ ਆ ਖੜੀਏ, ਮੈਂ ਉਮਤੀ ਦਾ ਕਰਾਂ ਇਵੇਂ ਪੜਦਾ ਰਹਿੰਦਾ, ਮੁਸਲਮਾਨਾਂ ਨਬੀ ਦੀ ਧੀ ਸਮਝ ਕੇ ਇਤਨਾ ਇਸਤਕਬਾਲ ਕੀਤਾ ਹੈ, ਬਾਲ ਡਰ ਗਏ। ਜਨਾਬੇ ਸੱਜਾਦ ਦੀ ਉਹ ਵੇਣ ਕਰੀਬ ਆ ਖੜੀ ਹੈ, ਜਿਹਦੀ ਜ਼ਿੰਦਗੀ ਥੋੜ੍ਹੀ ਹੈ ਤੇ ਡੁੱਕ ਢੇਰ ਹਨ। ਬਿਰਾ ਦੇ ਕੋਲ ਆ ਕੇ ਜਨਾਬੇ ਮਸੂਮਾ ਜਿਹੜਾ ਵੈਣ ਕੀਤੇ ਥੱਕ ਨਾ ਪਿਆ ਤਾਂ ਸੁਣਾਵਾਂ। ਉੱਚਾ ਰੋਕਿਆ ਦਿਆ ਸੱਜਾਦ ਬਿਰਾ, ਮੈਂ ਥੱਕ ਪਈਆਂ ਕੰਨ ਜ਼ਖਮੀ ਨਾ ਹੋਵੇ, ਨਾ ਤੇਰਾ ਲਿਬਾਸ ਫਟਾ ਹੋਇਆ ਨਾ ਹੋਵੇ। ਆ ਜਿਹੜਾ ਵੇਲੇ ਰਮਲਾ ਗੱਲ ਕੀਤੀ ਹੈ ਮੇਰੀ ਸਰੋ ਕਿਆ ਦੇ ਕਿਆ ਦੱਸਾਂ ਸਾਬ ਰੱਖੇ ਦੀ ਡਾਵੀ ਘੂਮਤ ਅਕਬਰ ਸੇ ਕੁਰ